ਐਡਮਿਸ਼ਨ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰੋ ਪੂਰੀਆਂ ਕਰੋ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਅਧਿਆਪਕਾਂ ਦੇ ਨਾਲ ਧੱਕਾ ਕਰ ਰਹੀ ਆ ਜੋ ਵਿਦਿਆ ਦਾ ਵਾਤਾਵਰਨ ਆ ਉਹ ਖਤਮ ਕੀਤਾ ਜਾ ਰਿਹਾ ਇੱਕ ਸਾਜ਼ਿਸ਼ ਦੇ ਤਹਿਤ ਅਧਿਆਪਕ ਨੂੰ ਖੁੱਲ੍ਹਾ ਸਮਾਂ ਚਾਹੀਦਾ ਸੀ ਬੱਚੇ ਨੂੰ ਪੜ੍ਹਾਉਣ ਦਾ ਪਰ ਸਰਕਾਰ ਇੱਕ ਸਾਜ਼ਿਸ਼ ਤਹਿਤ ਏਜੰਡੇ ਤਹਿਤ ਪ੍ਰਾਈਵੇਟ ਕਰਨ ਦੀ ਨੀਤੀ ਨੂੰ ਪ੍ਰਮੋਟ ਕਰਨ ਲਈ ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੂੰ ਬੜਾਵਾ ਦੇਣ ਲਈ ਸਰਕਾਰੀ ਸਿੱਖਿਆ ਨੂੰ ਬਰਬਾਦ ਕਰਨ ਲਈ ਅੱਜ ਜਿਹੜਾ ਅਧਿਆਪਕ ਨੂੰ ਇੱਕ ਸਾਜ਼ਿਸ਼ ਤਹਿਤ ਜਮਾਤ ਤੋਂ ਵੱਖ ਕੀਤਾ ਜਾ ਰਿਹਾ ਸਾਡੀ ਸਿੱਖਿਆ ਮੰਤਰੀ ਪੰਜਾਬ ਨਾਲ ਦੋ ਵਾਰ ਪੈਨਲ ਮੀਟਿੰਗ ਹੋ ਗਈ ਸਿੱਖਿਆ ਸਕੱਤਰ ਨਾਲ ਉਹ ਵਾਅਦਾ ਖਿਲਾਫੀ ਕਰਕੇ ਮੁੱਕਰ ਗਏ ਆਪਣੇ ਵਾਅਦਿਆਂ ਤੋਂ ਸਿੱਖਿਆ ਸਕੱਤਰ ਹਾਏ 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 ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਜਿੰਦਾਬਾਦ ਤਾਂ ਕਿਸਾਨਾਂ ਦੇ ਬਰਾਬਰ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਇਹਦੇ ਬਰਾਬਰ ਨੂੰ ਸਾਨੂੰ ਵੀ ਸੰਘਰਸ਼ ਇਸ ਵਕਤ ਦੇਣਾ ਪਊਗਾ ਸਰਕਾਰ ਨੂੰ ਸਾਡੇ ਲੋਕ ਜੀ ਨੂੰ ਸਰਕਾਰ ਨੂੰ ਘੇਰਨਾ ਪਊਗਾ ਸਿੱਖਿਆ ਸਕੱਤਰ ਮੁਰਦਾਬਾਦ 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 ਦੱਦਾ ਹੂਰ ਜ਼ਿਲ੍ਹਾ ਪ੍ਰਧਾਨ ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਅਸੀਂ ਅੱਜ ਡੈਮੋਕਰੇਟਿਕ ਟੀਚਰ ਫਰੰਟ ਅਤੇ ਐਸ ਐਸ ਏ ਰਮਸਾ ਅਧਿਆਪਕ ਹੋਰ ਬਰਾਦਰੀ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਆਰਥੀ ਹੁਕਮ ਮੁਜ਼ਾਹਰਾ ਕਰਨ ਲੱਗੇ ਹਾਂ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਅਧਿਆਪਕਾਂ ਦੇ ਨਾਲ ਧੱਕਾ ਕਰ ਰਹੀ ਆ ਲਗਾਤਾਰ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਔਨਲਾਈਨ ਸਿੱਖਿਆ ਨੂੰ ਜਿਹੜਾ ਹੈ ਉਹ ਬੜਾਵਾ ਦੇ ਰਹੀ ਆ ਅਤੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਜਿਹੜੀ ਔਨਲਾਈਨ ਸਿੱਖਿਆ ਗੀ ਉਹ ਸਾਡੇ ਜਿਹੜੀ ਪੰਜਾਬ ਦੀ ਇਸ ਭਾਰਤ ਦੀ ਜਿਹੜੀ ਆ ਜਿਹੜੀ ਸਿੱਖਿਆ ਪ੍ਰਣਾਲੀ ਆ ਵਿੱਦਿਆ ਪ੍ਰਣਾਲੀ ਆ ਉਹਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕਰਦੀ ਆ ਕਿਉਂਕਿ ਇੱਕ ਅਧਿਆਪਕ ਅਤੇ ਬੱਚਿਆਂ ਦਾ ਜਿਹੜਾ ਇੱਕ ਰਿਸ਼ਤਾ ਗਾ ਪਰਸਪਰ ਸੰਬੰਧ ਆ ਜਿਹਦੇ ਵਿੱਚ ਬੱਚੇ ਨੂੰ ਬਹੁਤ ਸਾਰੀਆਂ ਮਨੋਵਿਗਿਆਨ ਬੱਚਿਆਂ ਦਾ ਦੇਖਦੇ ਹੋਏ ਅਧਿਆਪਕ ਨੇ ਉਹਨੂੰ ਸਿੱਖਿਆ ਦੇਣੀ ਹੁੰਦੀ ਆ ਉਹਨਾਂ ਸਾਰਿਆਂ ਤੋਂ ਇਹ ਪੰਜਾਬ ਸਰਕਾਰ ਜਿਹੜਾ ਹੈ ਉਹ ਵਾਂਝਾ ਕਰਨਾ ਚਾਹੁੰਦੀ ਆ ਜਿਹਦੇ ਕਰਕੇ ਪਹਿਲੇ ਨੰਬਰ 'ਤੇ ਅਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਚਾਹੇ ਉਹ ਕੇਂਦਰ ਸਰਕਾਰ ਲੈ ਕੇ ਆਈ ਆ ਚਾਹੇ ਉਹਦੇ 'ਤੇ ਪੰਜਾਬ ਸਰਕਾਰ ਨੇ ਦਸਤਖਤ ਕੀਤੇ ਆ ਅਸੀਂ ਉਹਦੀ ਜਿਹੜੀ ਅਰਥੀ ਸਾੜਨ ਲੱਗੇ ਹਾਂ ਦੂਜੀ ਗੱਲ ਜੋ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਲਾਜ਼ਮਾਂ ਦੇ ਜਿਹੜੇ TADA ਦੀਆਂ ਕਿਸ਼ਤਾਂ ਪੰਜਾਬ ਸਰਕਾਰ ਨੇ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਉਹ ਬਾਕੀ ਪਈਆਂ ਨੇ ਉਹ ਪੰਜਾਬ ਸਰਕਾਰ ਤੋਂ ਅਸੀਂ ਲੈਣ ਲਈ ਉਹਦਾ ਵੀ ਜਿਹੜਾ ਹੈ ਮੁਜ਼ਾਹਰਾ ਅਸੀਂ ਕਰ ਰਹੇ ਹਾਂ ਉਸ ਤੋਂ ਅਗਲੀ ਗੱਲ ਜਿਹੜਾ ਸਕੂਲਾਂ ਦੇ ਵਿੱਚ ਜਿਹੜਾ ਇਹ ਜਬਰ ਵਾਲਾ ਡਰ ਵਾਲਾ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਵਿੱਦਿਅਕ ਮਾਹੌਲ ਜਮ੍ਹਾਂ ਹੀ ਹੈ ਨਹੀਂ ਜਾਲੀ ਅੰਕੜੇ ਪੇਸ਼ ਕਰਕੇ ਪੰਜਾਬ ਦੀ ਸਿੱਖਿਆ ਨੂੰ ਉੱਚਾ ਦਿਖਾਇਆ ਜਾ ਰਿਹਾ ਹੈਗਾ ਉਹਦੇ ਵਿਰੋਧ ਵਿੱਚ ਵੀ ਇਹ ਆਰਥੀ ਫੂਕ ਮੁਜ਼ਾਹਰਾ ਹੈਗਾ ਕਿ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਮਾਹੌਲ ਐਸਾ ਬਣੇ ਕਿ ਅਧਿਆਪਕ ਆ ਜਿਹੜੇ ਉਹ ਬੱਚਿਆਂ ਨੂੰ ਜਿਹੜਾ ਹੈ ਉਹ ਪੜ੍ਹਾ ਸਕਣ ਉਹਨਾਂ ਦੇ ਉੱਪਰ ਮਾਨਸਿਕ ਤੌਰ 'ਤੇ ਬੋਝ ਜਿਹੜਾ ਹੈ ਘਟੇ ਪਰ ਪੰਜਾਬ ਸਰਕਾਰ ਲਗਾਤਾਰ ਉਹਨਾਂ ਦੀਆਂ ਵੱਖ ਵੱਖ ਡਿਊਟੀਆਂ ਨੇ ਚਾਹੇ ਜਾਲੀ ਅੰਕੜੇ ਲਗਾਤਾਰ ਮੰਗ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਔਰ ਪੜ੍ਹਾਈ ਵੱਲ ਜਿਹੜਾ ਹੈ ਧਿਆਨ ਅਧਿਆਪਕਾਂ ਦਾ ਉਹ ਪਾਸੇ ਕਰ ਰਹੇ ਨੇ ਇਸ ਗੱਲ ਕਰਕੇ ਵੀ ਅਸੀਂ ਇਹ ਜਿਹੜਾ ਵਿਰੋਧ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਜਿਹੜਾ ਸਕੂਲਾਂ ਦਾ ਮਾਹੌਲ ਸਖਾਵਾਂ ਕਰੇ ਤਾਂ ਕਿ ਅਧਿਆਪਕ ਅਤੇ ਬੱਚਿਆਂ ਦਾ ਜਿਹੜਾ ਹੈ ਆਪਸੀ ਸੰਬੰਧ ਆ ਜਿਹੜੇ ਪਰਸਪਰ ਸੰਬੰਧ ਆ ਵਧਣ ਅਤੇ ਵਧੀਆ ਤਰੀਕੇ ਨਾਲ ਜਿਹੜੀ ਆ ਉਹ ਸਿੱਖਿਆ ਅਸੀਂ ਬੱਚਿਆਂ ਤੱਕ ਜਿਹੜਾ ਉਹ ਪਹੁੰਚਾ ਸਕੀਏ ਜ਼ਿਲ੍ਹਾ ਪ੍ਰਧਾਨ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਸਾਡੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਪੰਜਾਬ ਸਰਕਾਰ ਦੀ ਅਰਥੀ ਸਾੜ ਰਹੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖਿਆ ਦਾ ਮੁੱਦਾ ਉਹ ਬੜਾ ਸੈਂਸਿਟਿਵ ਮੁੱਦਾ ਜਿਵੇਂ ਮੇਰੇ ਤੋਂ ਪਹਿਲਾਂ ਹੋਰ ਜਿਹੜੇ ਸਾਥੀ ਆ ਉਹ ਦੱਸ ਕੇ ਗਏ ਆ ਕਿ ਅੱਜ ਸਭ ਤੋਂ ਵੱਡੀ ਗੱਲ ਅਸੀਂ ਆਪਣੇ ਹੱਕਾਂ ਨੂੰ ਹਕੂਕਾਂ ਨੂੰ ਅਧਿਕਾਰਾਂ ਨੂੰ ਪਾਸੇ ਰੱਖ ਲਈਏ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਡੇ ਸਕੂਲਾਂ ਦੇ ਵਿੱਚ ਜੋ ਵਿੱਦਿਆ ਦਾ ਵਾਤਾਵਰਨ ਆ ਉਹ ਖਤਮ ਕੀਤਾ ਜਾ ਰਿਹਾ ਇੱਕ ਸਾਜ਼ਿਸ਼ ਦੇ ਤਹਿਤ ਉਹ ਕਿਵੇਂ ਇੱਥੋਂ ਦੀਆਂ ਜਿਹੜੀਆਂ ਅਫਸਰਸ਼ਾਹੀ ਆ ਉਹ ਹਰ ਹਫ਼ਤੇ ਅਧਿਆਪਕਾਂ ਨੂੰ ਹੁਕਮ ਚਾੜਦੀ ਆ ਕਿ ਤੁਸੀਂ ਬੱਚਿਆਂ ਦੇ ਪੇਪਰ ਲਓ ਅਸੀਂ ਸਾਰੇ ਜਾਣਦੇ ਹਾਂ ਕਿੰਨਾ ਲੰਬਾ ਸਮਾਂ ਲੋਕਡਾਊਨ ਲੱਗਿਆ ਰਿਹਾ ਸਾਡੇ ਵਿਦਿਆਰਥੀ ਆ ਜਿਹੜੇ ਉਹ ਘਰਾਂ ਦੇ ਵਿੱਚ ਬੰਦ ਰਹੇ ਆ ਅਤੇ ਉਹ ਜਿਹੜਾ ਹੈਗਾ ਆਪਾਂ ਜਿਹੜਾ ਔਨਲਾਈਨ ਬੜਾ ਪੜ੍ਹਾਈ ਦਾ ਪਖੰਡ ਆ ਉਹਦੇ ਬਾਰੇ ਵੀ ਜਾਣਦੇ ਹਾਂ ਬੱਚੇ ਸਾਫ਼ ਹੋ ਕੇ ਆਏ ਆ ਅਤੇ ਅਧਿਆਪਕ ਨੂੰ ਖੁੱਲ੍ਹਾ ਸਮਾਂ ਚਾਹੀਦਾ ਸੀ ਬੱਚੇ ਨੂੰ ਪੜ੍ਹਾਉਣ ਦਾ
ਪਰ ਸਰਕਾਰ ਇੱਕ ਸਾਜ਼ਿਸ਼ ਤਹਿਤ ਏਜੰਡੇ ਤਹਿਤ ਪ੍ਰਾਈਵੇਟ ਕਰਨ ਦੀ ਨੀਤੀ ਨੂੰ ਪ੍ਰਮੋਟ ਕਰਨ ਲਈ, ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕਰਨ ਲਈ, ਉਹਨਾਂ ਨੂੰ ਬੜਾਵਾ ਦੇਣ ਲਈ, ਸਰਕਾਰੀ ਸਿੱਖਿਆ ਨੂੰ ਬਰਬਾਦ ਕਰਨ ਲਈ ਅੱਜ ਜਿਹੜਾ ਅਧਿਆਪਕ ਨੂੰ ਇੱਕ ਸਾਜ਼ਿਸ਼ ਤਹਿਤ ਜਮਾਤ ਤੋਂ ਵੱਖ ਕੀਤਾ ਜਾ ਰਿਹਾ। ਪਹਿਲੀ ਤਾਂ ਗੱਲ ਸਾਥੀ ਜੀ ਇਹ ਆ। ਦੂਜੀ ਗੱਲ ਇਹ ਆ ਕਿ ਬੜੇ ਵਾਅਦੇ ਕੀਤੇ ਸਰਕਾਰ ਨੇ ਜਦੋਂ ਬਣੀ ਆ, ਬਈ ਮੈਂ ਤਾਂ ਮੇਰਾ ਤਾਂ ਮਾਲੀ ਵੱਧ ਜਿਹੜਾ ਤਨਖਾਹ ਲੈਂਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ, ਅਤੇ ਅੱਜ ਕੱਚੇ ਅਧਿਆਪਕ ਸਾਡੇ ਬੜੇ ਸ਼ਰਮ ਦੀ ਗੱਲ ਆ ਕਿ 6,000 ਰੁਪਏ ਪ੍ਰਤੀ ਮਹੀਨਿਆਂ ਦੇ ਉੱਤੇ ਦਿਨ ਕੱਟੀ ਕਰਨ ਲਈ ਮਜਬੂਰ ਆ। ਤੁਸੀਂ ਦੇਖੋ 6,000 ਰੁਪਏ 'ਤੇ ਮਹੀਨਿਆਂ ਦੇ ਉੱਤੇ ਗੁਜ਼ਾਰਾ ਹੋ ਸਕਦਾ? ਅੱਜ ਜਦੋਂ ਬੇਰੁਜ਼ਗਾਰ ਅਧਿਆਪਕ ਨੇ ਜਿਹੜੇ ਉਹ ਸੰਗਰੂਰ ਦੇ ਵਿੱਚ ਜਿਹੜਾ ਆਪਣਾ ਹੱਕ ਮੰਗਦੇ ਆ, ਉਹਨਾਂ ਨੂੰ ਹੱਕ ਦੇਣ ਦੀ ਬਜਾਏ, ਕਿਉਂਕਿ ਅਸੀਂ ਜਾਣਦੇ ਹਾਂ ਅਧਿਆਪਕਾਂ ਨੇ ਬੜੀ ਮਿਹਨਤ ਨਾਲ ਇੱਥੇ ਹਜ਼ਾਰਾਂ ਅਸਾਮੀਆਂ ਅਧਿਆਪਕਾਂ ਦੀਆਂ ਨਵੀਆਂ ਪੈਦਾ ਕਰਤੀਆਂ, ਇੰਨੇ ਵਿਦਿਆਰਥੀ ਸਾਡੇ ਸਕੂਲਾਂ ਦੇ ਵਿੱਚ ਦਾਖਲ ਹੋ ਗਏ, ਲੇਕਿਨ ਜਦੋਂ ਉਹ ਅਸਾਮੀਆਂ ਨੂੰ ਭਰਨ ਦੀ ਗੱਲ ਕਰਦੇ ਆ ਤਾਂ ਬੇਰੁਜ਼ਗਾਰ ਜਿਹੜੇ ਅਧਿਆਪਕ ਆ ਉਹਨਾਂ 'ਤੇ ਲਾਠੀਆਂ ਮਾਰੀਆਂ ਜਾ ਰਹੀਆਂ, ਉਹਨਾਂ 'ਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾ ਰਹੀਆਂ, ਇਹੋ ਜਿਹਾ ਰਵੱਈਆ ਜਿਹੜਾ ਹੈਗਾ ਪੰਜਾਬ ਸਰਕਾਰ ਦਾ। ਇਸ ਕਰਕੇ ਅਸੀਂ ਜਿੰਨੀਆਂ ਵੀ ਇਹ ਅਸੀਂ ਮੰਗ ਕਰਦੇ ਹਾਂ ਕਿ ਸਮੁੱਚੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਅਤੇ ਅਧਿਆਪਕ ਜਿਹੜਾ ਸਕੂਲਾਂ ਦੇ ਵਿੱਚ ਮੁੱਖ ਗੱਲ ਆ ਜਿਹੜਾ ਹੈਗਾ ਉਹ ਪੜ੍ਹਾਈ ਵਾਲਾ ਵਾਤਾਵਰਨ ਬਹਾਲ ਕੀਤਾ ਜਾਵੇ। ਜਿਹੜੀਆਂ ਹੱਕੀ ਮੰਗਾਂ ਨੇ ਸਾਡੀਆਂ ਆਰਥਿਕ ਪੱਖ ਤੋਂ, ਸਾਡੀਆਂ DA ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਨਵਾਂ ਤਨਖਾਹ ਕਮਿਸ਼ਨ ਜਿਹੜਾ ਉਹ ਲਾਗੂ ਕੀਤਾ ਜਾਵੇ।